ਉਹ ਕਿਉਂਕਿ ਇਹ ਜੋ ਭੇਟ ਹੈ ਲਿਖੀ ਹੈ ਜੀ ਸੰਘਾ ਡੰਡੇਵਾਲ ਜੀ ਜੋ ਕਿ ਸਾਊਦੀ ਅਰਬ ਕਤਰ ਦੇ ਵਿੱਚ ਰਹਿੰਦੇ ਆ। ਕਤਰ ਦੇ ਵਿੱਚ ਸੰਘਾ ਡੰਡੇਵਾਲ ਜੀ ਇਹ ਗੁੜੀਆ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਮੈਂ ਕੁਝ ਟਾਈਮ ਪਹਿਲਾਂ ਤਿਆਰੀ ਕਰਾਉਣ ਲਈ ਗਿਆ ਸੀ ਉੱਥੇ, ਬਸ ਮਾਤਾ ਰਾਣੀ ਦੀ ਕਿਰਪਾ ਹੋਈ ਤੇ ਇਹ ਕਹਿੰਦੇ ਜੀ ਅਸੀਂ ਤਾਂ ਤੁਹਾਡੇ ਨਾਲ ਹੀ ਜਾਇਆ ਕਰਨਾ। ਮੈਂ ਕੋਈ ਨਹੀਂ, ਮੇਰੀ ਤੂੰ ਬੇਟੀ ਵਰਗੀ ਹੈ, ਮੇਰੇ ਨਾਲ ਹੀ ਰਹਿਣਾ, ਇਹਨਾਂ ਦੇ ਡੈਡੀ ਆਏ ਨੇ। ਸ਼੍ਰੀਮਾਨ ਸਤਿਗੁਰ ਸਿੰਘ ਜੀ ਇੱਕ ਵਾਰੀ ਆ ਜਾਓ ਅੱਗੇ ਆ ਜਾਓ ਇੱਕ ਫੋਟੋ ਕਰਦੇ ਆਪਾਂ ਯਾਦਗਿਰੀ, ਆ ਜਾਓ ਅੱਗੇ ਆ ਜਾਓ। ਮੈਮ ਸਵੀਟੀ ਜੀ ਤੁਸੀਂ ਵੀ ਨਾਲ ਆਇਓ ਇੱਕ ਫੋਟੋ ਦੇ ਵਿੱਚ। ਸੋ ਇਹ ਸੰਘਾ ਡੰਡੇਵਾਲ ਜੀ ਦੀ ਲਿਖੀ ਹੋਈ ਭੇਟ ਹੈ, ਮੈਂ ਇਹਨੂੰ ਕੰਪੋਜੀਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਸ ਹਲਕੀ ਫੁਲਕੀ ਤਿਆਰੀ ਹੈ, ਮੈਨੂੰ ਪਤਾ ਨਹੀਂ ਕੋਈ ਗਲਤੀਆਂ ਵੀ ਹੋਈ ਹੋਣੀਆਂ ਜੀ, ਬੱਚੀ ਹੈ ਤੇ ਇਹਨੂੰ ਪਿਆਰ ਦਿਓ। ਯੂਟਿਊਬ ਤੇ ਚਿੰਤਾ ਪੂਰਨੀਮਾ ਲਵਪ੍ਰੀਤ ਲਵੀ, ਲਵਪ੍ਰੀਤ ਲਵੀ ਦੇ ਨਾਂ ਤੇ ਲਵਪ੍ਰੀਤ ਗਰੋਹਾ ਕਰ ਦਾਂਗੇ ਆਪਾਂ, ਤੇ ਤੁਸੀਂ ਯੂਟਿਊਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਆ ਜਾਓ ਸਾਰੇ ਗਿਆ ਜੀ। ਹਾਂਜੀ ਸਾਰੇ ਪਿਆਰ ਦਿਓ, ਡਮ ਡਮ ਡਮਰੂ ਬੱਜੇ ਇੱਕ ਬੰਦਨਾ, ਇਸ ਤੋਂ ਬਾਅਦ ਚਾਕੀ ਚਾਕੀ। ਸਤਿਗੁਰੂ ਜੀ।